ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਗ੍ਰੰਥ ਡਿਗਰੀ ਕਾਲਜ ਚੱਕਪਾਨ ਬੀਐਨ ਦੇ ਇਸ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਅਮਨਦੀਪ ਕੌਰ, ਅੱਜ ਰਾਂਝੀ ਤੁਹਾਡੀ ਪੰਜਾਬੀ ਦੀ ਕਲਾਸ ਦੇ ਨਾਲ। ਅੱਜ ਅਸੀਂ ਇੱਥੇ BA ਫਸਟ ਈਅਰ ਦੀ ਪੰਜਾਬੀ ਦੀ ਕਲਾਸ ਲੈ ਕੇ ਹਾਜ਼ਰ ਹੋਏ ਹਾਂ। BA ਫਸਟ ਈਅਰ ਦੀ ਸਾਡੀ ਇਸ ਚੱਲ ਰਹੀ ਪੰਜਾਬੀ ਦੀ ਕਲਾਸ ਦੇ ਵਿੱਚ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਅਸੀਂ ਜਿਹੜਾ ਹਾਜ਼ਰ ਹੋਏ ਹਾਂ, ਅਤੇ ਇਸ ਛੁੱਟੀਆਂ ਦੇ ਵਿੱਚ ਕਿਤੇ ਤੁਸੀਂ ਪਿਛਲਾ ਕੀਤਾ ਗਿਆ ਭੁੱਲ ਨਾ ਜਾਓ, ਇਸ ਲਈ ਆਪਾਂ ਉਸ ਨੂੰ ਸਾਥ ਲੈ ਕੇ ਹੀ ਨਾ ਚੱਲਾਂਗੇ। ਅਤੇ ਅਸੀਂ ਦੀਵਾਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਹੋਈ ਸੀ, ਉਹ ਕੀਤੀ ਹੋਈ ਸੀ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ, ਉਹਨਾਂ ਦੇ ਸ਼ਬਦ ਅਸੀਂ ਆਪਣੀ ਇਸ ਕਲਾਸ ਦੇ ਵਿੱਚ ਕਰ ਰਹੇ ਸੀ, ਜਿਹਦੇ ਵਿੱਚੋਂ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਕੀਤਾ ਸੀ ਉਹ ਸੀਗਾ ਜੀ ਫੁੱਲਾਂ ਕੀ ਬਾਗਾਤ, ਮਤਲਬ ਫੁੱਲਾਂ ਦੀ ਬਗੀਚੀ, ਜਿਸ ਵਿੱਚ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਸੀ ਕਿ ਮਨੁੱਖ ਤੇਰਾ ਜਿਹੜਾ ਜਨਮ ਹੈ ਉਹ ਇੱਕ ਫੁੱਲਾਂ ਦੀ ਬਗੀਚੀ ਦੇ ਸਮਾਨ ਹੈ। ਜਿਸ ਤਰ੍ਹਾਂ ਫੁੱਲ ਥੋੜ੍ਹੇ ਚਿਰ ਲਈ ਖਿੜਦੇ ਹਨ, ਉਸੇ ਤਰ੍ਹਾਂ ਤੈਨੂੰ ਵੀ ਜਿਹੜਾ ਇਹ ਜਨਮ ਮਿਲਿਆ ਹੈ, ਮਨੁੱਖੀ ਜਨਮ ਥੋੜ੍ਹੇ ਸਮੇਂ ਦੇ ਲਈ ਹੀ ਮਿਲਿਆ ਹੈ। ਸੋ ਤੈਨੂੰ ਇਸ ਜਨਮ ਦਾ ਜਿਹੜਾ ਇਸ ਨੂੰ ਸਾਰਥਕ ਕਰਨ ਦੇ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਜਿਹੜਾ ਹੈ ਉਹ ਕਰ ਲੈਣਾ ਚਾਹੀਦਾ ਹੈ, ਤਾਂ ਜੋ ਤੇਰੇ ਜਿਹੜੇ ਅਵਗੁਣ ਹੈ ਉਹ ਬਖਸ਼ੇ ਜਾਣ, ਅਤੇ ਤੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਸਫਲ ਕਰ ਲਵੇਂ, ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਵੀ ਜਿਹੜਾ ਬੋਲ ਕਬੋਲ ਨਾ ਸਹਿਣਾ ਪਵੇ। ਫਿਰ ਇਹਦੇ ਵਿੱਚ ਉਹਨਾਂ ਨੇ ਸਾਨੂੰ ਦੋ ਉਦਾਹਰਨਾਂ ਦਿੱਤੀਆਂ ਸੀ ਜੀ। ਪਹਿਲੀ ਉਦਾਹਰਨ ਜਿਹੜੀ ਸੀ ਉਹਨਾਂ ਨੇ ਦਿੱਤੀ ਸੀ ਕਿ ਇੱਕ ਗਵਾਲੇ ਦੀ ਜਿਹੜਾ ਕਿ ਔੜ ਪੈਣ 'ਤੇ ਆਪਣਾ ਇਲਾਕਾ ਛੱਡ ਕੇ ਦੂਸਰੇ ਇਲਾਕੇ ਦੇ ਵਿੱਚ ਜਿਹੜਾ ਚੱਲਿਆ ਗਿਆ ਹੈ, ਅਤੇ ਜੇਕਰ ਗਵਾਲਾ ਉਸ ਜਗ੍ਹਾ ਨੂੰ ਆਪਣੀ ਸਮਝਣ ਦੀ ਗਲਤੀ ਕਰ ਲੈਂਦਾ ਹੈ ਤਾਂ ਇਹ ਉਸਦੀ ਬੜੀ ਭੁੱਲ ਹੁੰਦੀ ਹੈ। ਇਸੇ ਤਰ੍ਹਾਂ ਮਨੁੱਖ ਜਦੋਂ ਤੂੰ ਸੰਸਾਰ ਦੇ ਵਿੱਚ ਆ ਜਾਂਦਾ ਹੈ ਅਤੇ ਤੂੰ ਵੀ ਉਹੀ ਭੁੱਲ ਕਰਦਾ ਹੈ, ਸੰਸਾਰ ਨੂੰ ਆਪਣਾ ਸਮਝ ਲੈਂਦਾ ਹੈ, ਜਦਕਿ ਤੇਰਾ ਇੱਥੇ ਕੁਛ ਵੀ ਨਹੀਂ ਹੈ। ਸੋ ਇਸੇ ਤਰ੍ਹਾਂ ਦੂਸਰੀ ਉਦਾਹਰਨ ਦਿੱਤੀ ਸੀ ਉਹਨਾਂ ਨੇ ਪਰਾਉਣਿਆਂ ਦੀ, ਕਹਿੰਦੇ ਜਿਸ ਤਰ੍ਹਾਂ ਰਾਤ ਦੇ ਆਏ ਹੋਏ ਪਰਾਉਣੇ ਦਿਨ ਚੜ੍ਹਨ 'ਤੇ ਚਲੇ ਜਾਂਦੇ ਹਨ, ਇਸੇ ਤਰ੍ਹਾਂ ਮਨੁੱਖੀ ਜਨਮ ਦੀ ਜਿਹੜੀ ਰਾਹ ਜਦੋਂ ਖਤਮ ਹੋਏਗੀ ਤਾਂ ਤੈਨੂੰ ਵੀ ਦਿਨ ਚੜ੍ਹਦੇ ਨੂੰ ਇੱਥੋਂ ਚਲੇ ਜਾਣਾ ਪਵੇਗਾ। ਸੋ ਇਸ ਕਰਕੇ ਤੈਨੂੰ ਜਿਹੜਾ ਆਪਣਾ ਜੀਵਨ ਹੈ ਉਸਨੂੰ ਸਫਲ ਕਰਨ ਦੇ ਲਈ ਪਰਮਾਤਮਾ ਦਾ ਜਿਹੜਾ ਧਿਆਨ ਹੈ ਉਹ ਕਰ ਲੈਣਾ ਚਾਹੀਦਾ ਹੈ। ਸੋ ਇਹ ਜਿਹੜੀ ਸੀ ਉਹਨਾਂ ਦਾ ਪਹਿਲਾ ਸ਼ਬਦ ਜਿਹੜਾ ਆਪਣਾ ਆਪਾਂ ਕੀਤਾ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਦੂਸਰਾ ਸ਼ਬਦ ਲਿਆ ਸੀ ਜੀ ਇਨ ਵਿਦ ਕੁਸ਼ਲ ਹੋਤ ਮੇਰੇ ਭਾਈ, ਕਿ ਜਿਹੜੀ ਸਾਨੂੰ ਆਤਮਿਕ ਆਨੰਦ ਜਿਹੜੀ ਪ੍ਰਾਪਤੀ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ। ਪਹਿਲਾ ਪੈਰੇ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਪੁੱਛਿਆ ਸੀ ਕਿ ਜਿਹੜਾ ਸਾਨੂੰ ਆਤਮਿਕ ਆਨੰਦ ਜਿਹੜਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਮਨੁੱਖ ਤੇਰੇ ਕੋਲ ਜਿਹੜਾ ਬਹੁਤ ਉੱਚੇ ਉੱਚੇ ਮਹਿਲ ਮਾਣੀਆਂ ਹਨ, ਉੱਚੇ ਮੰਦਰ, ਕਹਿੰਦੇ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ, ਕਹਿੰਦੇ ਤੇਰੇ ਕੋਲ ਬਹੁਤ ਜ਼ਿਆਦਾ ਸੋਹਣੇ ਮਹਿਲ ਮਾੜੀਆਂ ਹਨ, ਮਾਇਆ ਤੇਰੇ ਕੋਲ ਬਹੁਤ ਹੈ ਅਤੇ ਤੂੰ ਇਸ ਦੇ ਪਿੱਛੇ ਲੱਗ ਕੇ ਆਪਣਾ ਜਿਹੜਾ ਜਨਮ ਵਿਅਰਥ ਗਵਾ ਰਿਹਾ ਹੈ। ਤੇਰੇ ਕੋਲ ਇੱਕ ਰਾਜਾ ਹੋਣ 'ਤੇ ਬਹੁਤ ਸਾਰੀਆਂ ਫੌਜਾਂ ਵੀ ਹਨ ਅਤੇ ਲਸ਼ਕਰ ਵੀ ਹਨ, ਫਿਰ ਕਹਿੰਦੇ ਤੂੰ ਇੰਨਾ ਮਗਰ ਲੱਗ ਕੇ ਆਪਣਾ ਜਿਹੜਾ ਜੀਵਨ ਵਿਅਰਥ ਗਵਾ ਰਿਹਾ ਹੈ, ਇਹ ਚੀਜ਼ਾਂ ਤੈਨੂੰ ਆਤਮਿਕ ਆਨੰਦ ਕਦੇ ਵੀ ਨਹੀਂ ਦੇ ਸਕਦੀਆਂ। ਸੋ ਫਿਰ ਉਸ ਤੋਂ ਬਾਅਦ ਉਹਨੇ ਲਾਸਟ ਪੈਰ 'ਚ ਦੱਸਿਆ ਸੀ ਕਿ ਆਤਮਿਕ ਆਨੰਦ ਦੀ ਪ੍ਰਾਪਤੀ ਤੈਨੂੰ ਕਿਸ ਤਰ੍ਹਾਂ ਹੋ ਸਕਦੀ ਹੈ। ਇਹ ਆਨੰਦ ਤੈਨੂੰ ਸਿਰਫ ਅਤੇ ਸਿਰਫ ਗੁਰੂ ਦੀ ਸਿੱਖਿਆ 'ਤੇ ਚੱਲ ਕੇ, ਅਤੇ ਜਦੋਂ ਤੈਨੂੰ ਗੁਰੂ ਸੱਚਾ ਗੁਰੂ ਮਿਲ ਜਾਂਦਾ ਹੈ, ਉਸਦੀ ਸਿੱਖਿਆ ਮਿਲ ਜਾਂਦੀ ਹੈ, ਉਸਦੀ ਸਿੱਖਿਆ 'ਤੇ ਚੱਲਣ ਤੋਂ ਬਾਅਦ ਤੈਨੂੰ ਅਸਲੀ ਪਰਮਾਤਮਾ ਦੀ ਜਿਹੜੀ ਅਸਲੀਅਤ ਹੈ ਉਹ ਸਮਝ ਆ ਜਾਂਦੀ ਹੈ। ਪਰਮਾਤਮਾ ਦੀ ਅਸਲੀਅਤ ਸਮਝ ਆਉਣ ਦੇ ਨਾਲ ਹੀ ਤੈਨੂੰ ਉਸ ਆਤਮਿਕ ਆਨੰਦ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਜਦੋਂ ਤੈਨੂੰ ਉਸ ਪਰਮਾਤਮਾ ਦਾ ਗਿਆਨ ਜਿਹੜਾ ਹੋ ਜਾਵੇਗਾ, ਉਸ ਦੇ ਨਾਲ ਹੀ ਤੈਨੂੰ ਜਿਹੜਾ ਆਤਮਿਕ ਆਨੰਦ ਹੈ ਉਸ ਦੀ ਪ੍ਰਾਪਤੀ ਵੀ ਹੋ ਜਾਵੇਗੀ। ਫਿਰ ਉਸ ਤੋਂ ਬਾਅਦ ਅਸੀਂ ਅਗਲਾ ਸ਼ਬਦ ਕੀਤਾ ਸੀ ਜੀ ਮਨੁੱਖ ਬਿਨ ਬੂਝੇ ਬਿਰਥਾ ਆਇਆ, ਮਤਲਬ ਕਿ ਮਨੁੱਖ ਤੂੰ ਇਸ ਸੰਸਾਰ ਵਿੱਚ ਆ ਤਾਂ ਗਿਆ ਹੈ, ਪਰ ਤੈਨੂੰ ਜੇਕਰ ਇਸ ਸੰਸਾਰ ਵਿੱਚ ਆਉਣ ਤੋਂ ਬਾਅਦ ਆਪਣੇ ਜੀਵਨ ਦਾ ਅਸਲੀ ਮਨੋਰਥ ਹੀ ਪਤਾ ਨਹੀਂ ਚੱਲਿਆ ਤਾਂ ਤੇਰਾ ਜਿਹੜਾ ਇਸ ਸੰਸਾਰ 'ਤੇ ਆਉਣਾ ਵਿਅਰਥ ਹੀ ਚਲਾ ਜਾਵੇਗਾ। ਤੈਨੂੰ ਇਸ ਸੰਸਾਰ 'ਤੇ, ਤੈਨੂੰ ਮਨੁੱਖੀ ਜਨਮ
परमात्मा ने अपना नाम सिमरन दे लई भेजा है ते तू मनुखी जन्म दे विच आ के माया दे मगर लग के अपना जीवन व्यर्थ गवा रहा है। जेकर तेनू अपने इस मनुखी जन्म दे विच आउण दा मनोरथ नहीं पता चलिया तां फिर तेरा जिहड़ा मनुखी जन्म है वह व्यर्थ ही चलिया जाता है। सो अगला शब्द सी जी निंदक अहला जन्म गवाया, जिहदे विच उन्होंने सानू निंदिया चुगली करन वाले दे बारे विच दस्या सी कि जो मनुख दूसरियां दी निंदिया करता है चुगली करता है कहिंदे इस तरह करन दे नाल ओ अपना अनमोल जीवन भी व्यर्थ गवा लैंदा है। क्यों? क्योंकि उन्होंने दस्या सी कि संत जनां दी चुगली जिन्हां दी निंदिया मनुख तू करता है कहिंदे ओ तां उन्हां नूं तां होर भी ज़्यादा परमात्मा दे दरगाह विच जड़ी है तरक्की मिलती है, उन्होंने जन्म तो होर भी सुधर जाता है, उन्होंने जोड़े पाप हैं वह कट्टे जाते हैं, पर तू जो उन्हों की निंदा कर रहा है तू आप होर भी ज़्यादा पापा का भागी जड़ा कि बन जाता है। सो इस तरह करन दे नाल कहिंदे तू जड़ा अपना अनमोल जीवन है उसनों खराब कर बैठता है, तो दूसरे पासे जिन्हों की तू निंदा करता है चुगली करता है उन्होंने तो परमात्मा की दरगाह के होर भी ज़्यादा सफलता जड़ी है वह मिल जाती है, वह तो परमात्मा के होर भी नेड़े जड़ा है वह हो जाते हैं। सो अगला शब्द उन्होंने सी जी तोड़ी ना टूटे छोड़ी ना छूटे, मतलब कि मनुख तेनू परमात्मा दे नाल इस तरह की प्रीत पानी चाहती है जिड़ी किसी तरीके दे नाल भी तोड़िया टूटे ना ते छड़िया वो प्रीत छड़ ना होवे। सो तेनू अपना जीवन सार्थक करन दे लई परमात्मा दे नाल जिड़ी इस तरह की प्रीत है वो पा लैनी चाहिदी है। अगला शब्द सी जी माधो हम ऐसे तू ऐसा, मतलब जिहदे विच उन्होंने दस्या सी कि परमात्मा किस तरह का है ते मनुख किस तरह का है। परमात्मा जो कि पापियां नू पवित्र करन वाला है, आत्मिक आनंद देन वाला है, सुखां दा खजाना है, बख्शनहार है, के कहिंदे अग्गे उन्होंने दस्या सी कि ਉਹ ਜਿਹੜਾ ਕਿ ਬਹੁਤ ਹੀ ਜ਼ਿਆਦਾ ਭੋਲੇ ਸੁਭਾਅ ਦਾ ਮਾਲਕ ਹੈ, ਦਇਆਵਾਨ ਹੈ, ਹਰ ਇੱਕ ਉੱਤੇ ਦਇਆ ਕਰਨ ਵਾਲਾ ਹੈ, ਅਤੇ ਦੂਸਰੇ ਪਾਸੇ ਮਨੁੱਖ ਜੋ ਕਿ ਹਮੇਸ਼ਾ ਹੀ ਪਾਪ ਕਮਾਉਂਦਾ ਹੈ, ਬੁਰੇ ਕੰਮ ਕਰਦਾ ਹੈ, ਮਾਇਆ ਦੇ ਮਗਰ ਲੱਗਿਆ ਫਿਰਦਾ ਹੈ। ਸੋ ਇਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਮਾਧੋ ਹਮ ਐਸੇ ਤੂੰ ਐਸਾ, ਪਰਮਾਤਮਾ ਅਸੀਂ ਇਸ ਤਰ੍ਹਾਂ ਦੇ ਹਾਂ, ਅਸੀਂ ਪਾਪੀ ਹਾਂ ਅਤੇ ਤੂੰ ਸਾਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤੂੰ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਹੈ। ਫਿਰ ਉਹਨਾਂ ਨੇ ਕਿਹਾ ਸੀ ਕਿ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ। ਸੋ ਪਰਮਾਤਮਾ ਹਰ ਇੱਕ ਕਲਾ ਨੂੰ ਜਾਣਨ ਵਾਲਾ ਹੈ। ਕਹਿੰਦੇ ਮਨੁੱਖ ਜੋ ਕਿ ਮੂਰਖ ਹੈ ਚਤਰਾਈ ਕਰਦਾ ਹੈ, ਪਰ ਪਰਮਾਤਮਾ ਸਾਰੀਆਂ ਕਲਾਵਾਂ ਨੂੰ ਜਾਣਨ ਵਾਲਾ ਹੈ, ਉਸਦਾ ਦੇਸ਼ ਬਹੁਤ ਸੋਹਣਾ ਹੈ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਸੋ ਅਗਲਾ ਜਿਹੜਾ ਸ਼ਬਦ ਸੀ ਉਹਨਾਂ ਦਾ ਨਾ ਕੋ ਬੈਰੀ ਨਾ ਹੀ ਬਗਾਨਾ, ਕਹਿੰਦੇ ਜਦੋਂ ਮਨੁੱਖ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਸਿੱਖਿਆ ਦੇ ਅਨੁਸਾਰ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਫਿਰ ਉਸਨੂੰ ਕੋਈ ਵੀ ਮਨੁੱਖ ਜਿਹੜਾ ਹੈ ਬੈਰੀ ਨਹੀਂ ਦਿਖਾਈ ਦਿੰਦਾ, ਬੇਗਾਨਾ ਨਹੀਂ ਦਿਖਾਈ ਦਿੰਦਾ, ਹਰ ਇੱਕ ਦੇ ਅੰਦਰ ਉਹ ਪਰਮਾਤਮਾ ਨੂੰ ਹੀ ਵਸਦਾ ਜਿਹੜਾ ਹੈ ਉਹ ਮੰਨ ਲੈਂਦਾ ਹੈ, ਤਾਂ ਸਾਰੇ ਹੀ ਉਸਨੂੰ ਆਪਣੇ ਪ੍ਰਤੀਤ ਹੋਣ ਲੱਗ ਜਾਂਦੇ ਹਨ। ਫਿਰ ਅਗਲਾ ਸ਼ਬਦ ਅਸੀਂ ਲਿਆਂਦਾ ਸੀ ਜੀ ਲੋਭ ਵਿਆਪੀ ਝੂਠੀ ਦੁਨੀਆ, ਜਿਹੜੀ ਕਿ ਇਹ ਦੁਨੀਆ ਲਾਲਚ ਦੇ ਵਸ ਪੈ ਕੇ ਮਾਇਆ ਦੇ ਮਗਰ ਲੱਗੀ ਹੋਈ ਹੈ, ਇਹ ਝੂਠੀ ਹੈ। ਕਹਿੰਦੇ ਇਸ ਦੁਨੀਆ ਨੂੰ ਛੱਡ ਕੇ ਮਨੁੱਖ ਇੱਕ ਦਿਨ ਤੋਂ ਇੱਥੋਂ ਚਲੇ ਜਾਣਾ ਹੈ, ਸੋ ਤੈਨੂੰ ਇਸ ਲੋਭ ਲਾਲਚ ਦੀ ਭਰੀ ਹੋਈ ਝੂਠੀ ਦੁਨੀਆ ਦੇ ਮਗਰ ਨਹੀਂ ਲੱਗਣਾ ਚਾਹੀਦਾ। ਤੂੰ ਜਿਹੜਾ ਕਿ ਇਸ ਮਾਇਆ ਨੂੰ ਜੋ ਆਪਣੀ ਆਪਣੀ ਕਰਦਾ ਫਿਰਦਾ ਹੈ, ਮੇਰੀ ਮੇਰੀ ਕਰ ਰਿਹਾ ਹੈ, ਇਹ ਵੀ ਤੇਰੇ ਸਾਥ ਨਹੀਂ ਜਾਵੇਗੀ। ਸੋ ਤੈਨੂੰ ਉਸ ਨਿਰਭਉ ਨਿਰੰਕਾਰ ਦਇਆਵਾਨ ਜਿਹੜਾ ਪਰਮਾਤਮਾ ਹੈ ਉਸਦਾ ਲੜ ਫੜ ਲੈਣਾ ਚਾਹੀਦਾ ਹੈ। ਸੋ ਇਸ ਜਿਹੜੀ ਹੈ
झूठी माया भी मगर नहीं लगना चाहिदा। फिर अगला शब्द सी जी संत संग पेख्यो मन माए, कि मेरा जिहड़ा मन है वह संतां दे नाल जिहड़ा कि मिल गया है, संत जना दे चरणां दे विच मेरा मन जिहड़ा टिक गया है, संतां दी संगत प्राप्त करन दे नाल मैनू परमात्मा दी जिहड़ी सोझी है वह हो चुकी है। कहिंदे फिर हुण मैनू परमात्मा हर एक दे विच इस सृष्टि दे कण कण दे विच जतियां सतियां जोगियां दे विच ਸਾਰਿਆਂ ਦੇ ਵਿੱਚ ਜਿਹੜਾ ਮੈਨੂੰ ਪਰਮਾਤਮਾ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ। ਸੋ ਇਸ ਤਰ੍ਹਾਂ ਜਿਹੜਾ ਮੇਰਾ ਮਨ ਹੈ ਉਹ ਸੰਤ ਜਨਾਂ ਦੀ ਸੰਗਤ ਦੇ ਵਿੱਚ ਪੈ ਚੁੱਕਿਆ ਹੈ, ਸੰਤਾਂ ਦੇ ਨਾਲ ਰਲ ਚੁੱਕਿਆ ਹੈ, ਅਤੇ ਸੰਤਾਂ ਦੀ ਸਿੱਖਿਆ ਦੇ ਨਾਲ ਹੀ ਮੈਨੂੰ ਪਰਮਾਤਮਾ ਦੀ ਜਿਹੜੀ ਸੋਝੀ ਹੈ ਉਹ ਹੋ ਗਈ ਹੈ। ਸੋ ਅਗਲਾ ਸ਼ਬਦ ਸੀ ਜੀ ਮੈਂ ਸਭ ਕੁਝ ਛੋੜ ਪ੍ਰਭੂ ਤੂੰ ਹੀ ਤੇ ਆਇਆ, ਜਿਹਦੇ ਵਿੱਚ ਅਸੀਂ ਜਿਹੜੀ ਗੱਲ ਕੀਤੀ ਸੀ ਜੀ ਸੁਲਹੀ ਖਾਨ ਦੀ। ਸੁਲਹੀ ਖਾਨ ਜਿਹੜਾ ਕਿ ਇੱਕ ਪਠਾਨ ਹੈ, ਅਤੇ ਕਹਿੰਦੇ ਇਹ ਜਿਹੜਾ ਕਿ ਪ੍ਰਿਥਵੀ ਚੰਦ ਜਿਹੜਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਹਨ, ਪ੍ਰਿਥਵੀ ਚੰਦ ਜਿਹਦਾ ਜਿਹੜਾ ਕਿ ਉਸਦੇ ਦਰਬਾਰ ਦੇ ਵਿੱਚ ਜਿਹੜਾ ਇੱਕ ਅਹਿਲਕਾਰ ਹੈ, ਅਤੇ ਇਹ ਜਿਹੜਾ ਸੁਲਹੀ ਖਾਨ ਹੈ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ, ਇਹ ਉਸਦੇ ਉੱਤੇ ਉਹਨਾਂ ਦੇ ਉੱਤੇ ਹਮਲਾ ਕਰਨ ਦੇ ਲਈ ਆਉਂਦਾ ਹੈ, ਅਤੇ ਸੁਲਹੀ ਖਾਨ ਦੇ ਹਮਲੇ ਤੋਂ ਬਚਣ ਦੇ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਖਦੇ ਹਨ ਕਿ ਪਰਮਾਤਮਾ ਮੈਂ ਹਰ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ, ਸੁਲਹੀ ਖਾਨ ਸਾਡੇ 'ਤੇ ਹਮਲਾ ਕਰਨ ਦੇ ਲਈ ਆ ਰਿਹਾ ਹੈ, ਅਤੇ ਇਸ ਲਈ ਮੈਂ ਕੋਈ ਵੀ ਹੋਰ ਆਸਰਾ ਨਹੀਂ ਤੱਕਿਆ, ਮੈਂ ਕਿਸੇ ਤਰ੍ਹਾਂ ਦੀ ਵੀ ਹੋਰ ਕੋਈ ਵੀ ਜਿਹੜੀ ਸਹਾਇਤਾ ਦੀ ਆਸ ਨਹੀਂ ਰੱਖੀ, ਮੈਂ ਸਾਰੀਆਂ ਹੀ ਸਹਾਇਤਾਵਾਂ ਨੂੰ ਤਿਆਗ ਕੇ ਸਿਰਫ਼ ਤੇਰੇ ਉੱਤੇ ਜਿਹੜਾ ਹੈ ਵਿਸ਼ਵਾਸ ਬਣਾ ਲਿਆ ਹੈ, ਮੈਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸਿਰਫ਼ ਅਤੇ ਸਿਰਫ਼ ਇੱਕ ਤੇਰੇ ਨਾਮ ਦਾ ਆਸਰਾ ਲਿਆ ਹੈ, ਤੇਰੇ ਨਾਮ ਦੇ ਭਰੋਸੇ ਦੇ ਉੱਤੇ ਹੀ ਮੈਂ ਉਸਦੇ ਹਮਲੇ ਦਾ ਟਾਕਰਾ ਕਰਨਾ ਹੈ, ਸੋ ਇਸ ਕਰਕੇ ਮੈਂ ਸਾਰਾ ਕੁਛ ਛੱਡ ਕੇ ਪਰਮਾਤਮਾ ਸਿਰਫ਼ ਅਤੇ ਸਿਰਫ਼ ਇੱਕ ਤੈਨੂੰ ਹੀ ਆਪਣਾ ਜਿਹੜਾ ਸੰਗੀ ਸਾਥੀ ਬਣਾ ਲਿਆ ਹੈ, ਅਤੇ ਮੈਨੂੰ ਵਿਸ਼ਵਾਸ ਹੈ ਕਿ ਤੂੰ ਜਿਹੜੀ ਹੈ ਮੇਰੀ ਸੁਲਹੀ ਖਾਨ ਤੋਂ ਰਕਸ਼ਾ ਜ਼ਰੂਰ ਕਰੇਗਾ। ਸੋ ਇਸ ਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਸੀ ਕਿ ਪਰਮਾਤਮਾ ਮੈਂ ਹੋਰ ਸਹਾਰੇ ਛੱਡ ਦਿੱਤੇ ਹਨ ਅਤੇ ਸਿਰਫ਼ ਇੱਕ ਤੇਰਾ ਹੀ ਆਸਰਾ ਲਿਆ ਹੈ। ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਸ਼ਬਦ ਸੀ ਜੀ ਸੁਲਹੀ ਅਤੇ ਨਾਰਾਇਣ ਰੱਖ, ਇਸਦੇ ਵਿੱਚ ਦੱਸਿਆ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਸੁਲਹੀ ਖਾਨ ਨੇ ਹਮਲਾ ਕੀਤਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਜਿਹੜੇ ਸ਼ਰਧਾਲੂ ਹਨ ਉਹ ਸੁਲਹੀ ਖਾਨ ਦੇ ਹਮਲੇ ਤੋਂ ਬਚਣ ਦੇ ਲਈ ਅਲੱਗ ਅਲੱਗ ਜਿਹੜੀਆਂ ਸਲਾਹਾਂ ਹਨ ਉਹ ਦੇ ਰਹੇ ਹਨ। ਕੋਈ ਉਹਨੂੰ ਕਹਿੰਦਾ ਉਹਨਾਂ ਨੂੰ ਕਹਿ ਰਿਹਾ ਹੈ ਕਿ ਸੁਲਹੀ ਖਾਨ ਜਿਹੜਾ ਕਿ ਸਾਡੇ 'ਤੇ ਹਮਲਾ ਕਰਨ ਲਈ ਆ ਰਿਹਾ ਹੈ, ਸੋ ਸਾਨੂੰ ਸੁਲਹੀ ਖਾਨ ਦੇ ਹਮਲੇ ਤੋਂ ਬਚਣ ਦੇ ਲਈ ਉਹਨੂੰ ਕੋਈ ਚਿੱਠੀ ਪੱਤਰ ਲਿਖ ਕੇ ਭੇਜਣਾ ਚਾਹੀਦਾ ਹੈ। ਕੋਈ ਇੱਕ ਸ਼ਰਧਾਲੂ ਕਹਿ ਰਿਹਾ ਹੈ ਕਿ ਉਸਦੇ ਵੱਲ ਦੋ ਬੰਦੇ ਆਦਮੀ ਜਿਹੜੇ ਹਨ ਉਹ ਭੇਜ ਦੇਣੇ ਚਾਹੀਦੇ ਹਨ, ਕੋਈ ਸ਼ਰਧਾਲੂ ਕਹਿ ਰਿਹਾ ਕਿ ਸਾਨੂੰ ਕੋਈ ਜ਼ੋਰਦਾਰ ਉਪਾਅ ਕਰਨਾ ਚਾਹੀਦਾ ਹੈ। ਸੋ ਇਸ ਤਰ੍ਹਾਂ ਜਿਹੜੇ ਸ਼ਰਧਾਲੂ ਹਨ ਵੱਖ ਵੱਖ ਤਰ੍ਹਾਂ ਦੀਆਂ ਸਲਾਹਾਂ ਦੇ ਰਹੇ ਹਨ, ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਰੱਖਦੇ ਹਨ, ਉਹਨਾਂ ਨੇ ਸਿਰਫ਼ ਇੱਕੋ ਹੀ ਇੱਕ ਜਿਹੜਾ ਕਿ ਪਰਮਾਤਮਾ ਦੇ ਉੱਤੇ ਭਰੋਸਾ ਰੱਖਿਆ ਹੈ ਕਿ ਪਰਮਾਤਮਾ ਖੁਦ ਹੀ ਉਹਨਾਂ ਨੂੰ ਸੁਲਹੀ ਖਾਨ ਦੇ ਹਮਲੇ ਤੋਂ ਬਚਾ ਲਵੇਗਾ, ਅਤੇ ਇਸ ਭਰੋਸੇ ਦੇ ਉੱਤੇ ਬੈਠੇ ਹੋਏ ਹੀ ਜਦੋਂ ਸੁਲਹੀ ਖਾਨ ਉਹਨਾਂ ਦੇ ਉੱਤੇ ਹਮਲਾ ਕਰਨ ਦੇ ਲਈ ਆਉਂਦਾ ਹੈ ਤਾਂ ਉਹ ਉਸਦਾ ਨਾਸ਼ ਆਪਣੇ ਆਪ ਹੀ ਹੋ ਜਾਂਦਾ ਹੈ। ਸੁਲਹੀ ਖਾਨ ਜਿਹੜਾ ਕਿ ਭੱਖਦੇ ਹੋਏ ਆਵੜੇ ਦੇ ਵਿੱਚ ਜਿਹੜਾ ਡਿੱਗ ਕੇ ਸੜ ਚੁੱਕੇ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਰਮਾਤਮਾ ਖੁਦ ਨੇ ਖੁਦ ਹੀ ਸੁਲਹੀ ਖਾਨ ਤੋਂ ਜਿਹੜੀ ਰਕਸ਼ਾ ਹੈ ਉਹ ਕਰ ਦਿੱਤੀ ਸੀ। ਸੋ ਇਸੇ ਲਈ ਇਹ ਸ਼ਬਦ ਸੀ ਕਿ ਸੁਲਹੀ ਅਤੇ ਨਾਰਾਇਣ ਰਾਖ, ਪਰਮਾਤਮਾ ਨੇ ਸੁਲਹੀ ਖਾਨ ਤੋਂ ਆਪ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਚਾ ਲਿਆ ਸੀ। ਸੋ ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਾਸਟ ਵਿੱਚ ਦੱਸਿਆ ਸੀ ਕਿ ਜਿਹੜਾ ਪਰਮਾਤਮਾ ਨੇ ਉਹਨਾਂ ਦੀ ਪੈਚ ਆਪ ਹੀ ਰੱਖ ਲਈ ਸੀ ਅਤੇ ਉਹਨਾਂ ਦੇ ਜਿਹੜੇ ਕੱਢੇ ਹੋਏ ਵਾਕ ਸਨ ਉਸਨਾਂ ਨੂੰ ਪੂਰਾ ਕਰ ਦਿੱਤਾ ਸੀ, ਭਾਵ ਪਰਮਾਤਮਾ ਦੇ ਉੱਤੇ ਅਗਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਰੋਸਾ ਰੱਖਿਆ
ਤਾਂ ਪਰਮਾਤਮਾ ਨੇ ਉਸ ਭਰੋਸੇ ਦੀ ਵੀ ਲਾਜ ਰੱਖੀ ਤੇ ਸੁਲਹੀ ਖਾਨ ਦੇ ਹਮਲੇ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਖੁਦ ਹੀ ਬਚਾ ਲਿਆ ਸੀ। ਸੋ ਅਗਲਾ ਜਿਹੜਾ ਸ਼ਬਦ ਅਸੀਂ ਜਿਹੜਾ ਤੁਹਾਡੀ ਪਿਛਲੀ ਕਲਾਸ ਛੁੱਟੀਆਂ ਤੋਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਕਰਕੇ ਗਏ ਸੀ ਉਹ ਸੀਗਾ ਜੀ ਮਿੱਠ ਬੋਲੜਾ ਜੀ, ਮਤਲਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਗਲਾ ਸ਼ਬਦ ਕਿ ਮੇਰਾ ਪਰਮਾਤਮਾ ਜਿਹੜਾ ਕਿ ਮਿੱਠੇ ਬੋਲਣ ਵਾਲਾ ਮਿੱਠਾ ਬੋਲਣ ਵਾਲਾ ਹੈ, ਮਿੱਠੇ ਸੁਭਾਅ ਦਾ ਮਾਲਕ ਹੈ, ਦਇਆਵਾਨ ਹੈ। ਕਹਿੰਦੇ ਮੇਰਾ ਪਰਮਾਤਮਾ ਮਿੱਠਾ ਬੋਲਣ ਵਾਲਾ ਹੈ, ਮੈਂ ਅਜਿਹੀ ਗੱਲ ਯਾਦ ਕਰਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੋਈ ਕੌੜਾ ਬੋਲ ਮੈਨੂੰ ਯਾਦ ਆ ਜਾਵੇ, ਪਰ ਕਹਿੰਦੇ ਮੈਨੂੰ ਅਜਿਹਾ ਕੋਈ ਵੀ ਸਮਾਂ ਅਜਿਹੀ ਕੋਈ ਵੀ ਗੱਲ ਯਾਦ ਨਹੀਂ ਆਉਂਦੀ ਜਦੋਂ ਉਹ ਮੈਨੂੰ ਕਦੇ ਕੌੜਾ ਬੋਲਿਆ ਹੋਵੇ। ਕਹਿੰਦੇ ਮੇਰਾ ਜਿਹੜਾ ਪਰਮਾਤਮਾ ਹੈ ਉਹ ਸਦਾ ਹੀ ਮਿੱਠਾ ਬੋਲਣ ਵਾਲਾ ਹੈ, ਦਇਆਵਾਨ ਹੈ, ਦਿਆਲੂ ਸੁਭਾਅ ਦਾ ਹੈ। ਕਹਿੰਦੇ ਉਹ ਮੇਰਾ ਪਰਮਾਤਮਾ ਕਦੇ ਵੀ ਕਿਸੇ ਨੂੰ ਕੌੜਾ ਨਹੀਂ ਬੋਲਦਾ, ਮੈਨੂੰ ਅਜਿਹੀ ਕੋਈ ਘੜੀ ਯਾਦ ਨਹੀਂ ਹੈ ਜਦੋਂ ਕਦੇ ਉਹ ਕੌੜਾ ਬੋਲਿਆ ਹੋਵੇ। ਕਹਿੰਦੇ ਉਹ ਕਦੇ ਕੌੜਾ ਬੋਲਿਆ ਹੀ ਨਹੀਂ ਹੈ ਕਿਉਂਕਿ ਉਸਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਪਰਮਾਤਮਾ ਜੋ ਕਿ ਮਿੱਠਾ ਬੋਲਣ ਵਾਲਾ ਹੈ ਉਸਨੂੰ ਕਦੇ ਕੌੜਾ ਬੋਲਣਾ ਹੀ ਨਹੀਂ ਆਉਂਦਾ। ਉਹ ਕਿਸੇ ਦੂਸਰੇ ਦੀ ਕੀਤੀ ਹੋਈ ਮਿਹਨਤ ਨੂੰ ਕਦੇ ਵੀ ਰੱਤੀ ਭਰ ਵੀ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੰਦਾ। ਉਹ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਘੱਟ ਘੱਟ ਵਾਸੀ ਸਰਵ ਨਿਵਾਸੀ, ਨੇੜੇ ਤੋਂ ਵੀ ਨੇੜੇ ਉਹ ਘੱਟ ਘੱਟ ਵਿੱਚ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦਾ ਹੈ, ਸਰਵ ਵਿਆਪੀ ਹੈ, ਹਰ ਜਗ੍ਹਾ ਵਿਰਧਮਾਨ ਹੈ ਤੇ ਮਨੁੱਖ ਦੇ ਨੇੜੇ ਤੋਂ ਨੇੜੇ ਹੈ। ਪਰ ਮਨੁੱਖ ਤੈਨੂੰ ਉਸ ਪਰਮਾਤਮਾ ਨੂੰ ਵੇਖਣ ਵਾਲੀ ਤੇਰੇ ਕੋਲ ਅੱਖ ਨਹੀਂ ਹੈ। ਬੁੱਲੇ ਸ਼ਾਹ ਜੀ ਦੀ ਰਚਨਾ ਹੈ ਕਿ ਬੁੱਲਿਆ ਰੱਬ ਤੇ ਤੋਂ ਅੱਖ ਨਹੀਂ ਪਰ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਹੈ। ਸੋ ਪਰਮਾਤਮਾ ਸਾਡੇ ਬਹੁਤ ਜ਼ਿਆਦਾ ਨੇੜੇ ਵੱਸਦਾ ਹੈ ਪਰ ਮਨੁੱਖ ਉਸਨੂੰ ਆਪਣੇ ਤੋਂ ਦੂਰ ਸਮਝਣ ਦੀ ਭੁੱਲ ਕਰ ਬੈਠਦਾ ਹੈ। ਉਸ ਨੂੰ ਕਹਿੰਦੇ ਪਰਮਾਤਮਾ ਨੂੰ ਵੇਖਣ ਵਾਲੀ ਅੱਖ ਜਿਹੜੀ ਹੈ ਉਹ ਮਨੁੱਖ ਦੇ ਕੋਲੇ ਨਹੀਂ ਹੈ। ਸੋ ਜਿਹੜਾ ਇਸ ਵਿੱਚ ਉਹਨੇ ਦੱਸਿਆ ਸੀ ਕਿ ਪਰਮਾਤਮਾ ਜੋ ਕਿ ਮਿੱਠਾ ਬੋਲਣ ਵਾਲਾ ਹੈ ਕਦੇ ਵੀ ਕੌੜਾ ਨਹੀਂ ਬੋਲਦਾ, ਉਸਦਾ ਸੁਭਾਅ ਹੀ ਮਿੱਠਾ ਬੋਲਣ ਵਾਲਾ ਹੈ, ਉਹ ਸਾਰਿਆਂ ਦੇ ਵਿੱਚ ਵਸਦਾ ਹੈ ਤੇ ਕਹਿੰਦੇ ਉਸ ਜਿਹੜਾ ਕਿ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਿਰਧਮਾਨ ਹੈ ਉਹ ਮਨੁੱਖ ਦੇ ਬਹੁਤ ਨੇੜੇ ਵੀ ਹੈ। ਸੋ ਅਗਲਾ ਸ਼ਬਦ ਜਿਹੜਾ ਹੈ ਜੀ ਰਾਜ ਨਾ ਚਾਹੂੰ ਮੁਕਤੀ ਨਾ ਚਾਹੂੰ, ਜਿਹੜਾ ਅਸੀਂ ਅੱਜ ਦੀ ਇਸ ਕਲਾਸ ਦੇ ਵਿੱਚ ਕਰਨਾ ਹੈ। ਇਸ ਤੋਂ ਪਹਿਲਾਂ ਵਾਲੇ ਸ਼ਬਦ ਮੈਂ ਸਾਰੇ ਹੀ ਤੁਹਾਡੇ ਸਾਹਮਣੇ ਇੱਕ ਵਾਰੀ ਰੱਖ ਦਿੱਤੇ ਹਨ ਤਾਂ ਜੋ ਤੁਹਾਨੂੰ ਪਿਛਲੇ ਸ਼ਬਦ ਜਿਹੜੇ ਆ ਉਹ ਭੁੱਲ ਨਾ ਗਏ ਹੋਣ ਅਤੇ ਉਹ ਵੀ ਤੁਹਾਡੇ ਨਾਲ ਨਾਲ ਚੱਲਦੇ ਰਹਿਣ। ਸੋ ਅੱਜ ਅਸੀਂ ਜਿਹੜਾ ਇਸ ਕਲਾਸ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਬਦ ਆ ਉਹ ਜਿਹੜਾ ਲੈ ਕੇ ਆਏ ਹਾਂ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਅਸੀਂ ਅੱਜ ਦੀ ਜਿਹੜੀ ਸਾਡੀ ਕਲਾਸ ਹੈ ਜੀ ਉਸ ਦੇ ਵਿੱਚ ਸ਼ਬਦ ਕਰਨਾ ਹੈ। ਕਹਿੰਦੇ ਰਾਜ ਨਾ ਚਾਹੋ ਮੁਕਤੀ ਨਾ ਚਾਹੋ, ਛੋਟਾ ਜਿਹਾ ਸ਼ਬਦ ਰਾਜ ਨਾ ਚਾਹੋ ਚਾਹੋ ਮੁਕਤੀ ਨਾ ਚਾਹੋ, ਪਰਮਾਤਮਾ ਮੈਨੂੰ ਰਾਜ ਭਾਗ ਦੀ ਲੋੜ ਨਹੀਂ ਹੈ, ਮੈਨੂੰ ਮਾਇਆ ਦੀ ਲੋੜ ਨਹੀਂ ਹੈ, ਮੈਨੂੰ ਮੁਕਤੀ ਦੀ ਲੋੜ ਨਹੀਂ ਹੈ, ਮੈਨੂੰ ਤਾਂ ਸਿਰਫ ਤੇ ਸਿਰਫ ਇੱਕ ਤੇਰੇ ਨਾਮ ਦੀ ਜ਼ਰੂਰਤ ਹੈ, ਮੈਂ ਸਿਰਫ ਤੇ ਸਿਰਫ ਇੱਕ ਤੇਰੇ ਨਾਮ ਦਾ ਸਿਮਰਨ ਚਾਹੁੰਦਾ ਹਾਂ, ਮੈਨੂੰ ਸਿਰਫ ਤੇ ਸਿਰਫ ਇੱਕ ਤੇਰੀ ਜ਼ਰੂਰਤ ਹੈ, ਤੇਰਾ ਨਾਮ ਮੇਰੇ ਹਿਰਦੇ ਵਿੱਚ ਵੱਸ ਜਾਵੇ ਤਾਂ ਮੈਨੂੰ ਸਾਰੀਆਂ ਜਿਹੜੀਆਂ ਹਨ ਨਿਆਮਤਾਂ ਆਪਣੇ ਆਪ ਹੀ ਪ੍ਰਾਪਤ ਹੋ ਜਾਣਗੀਆਂ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਸਿਰਫ ਇੱਕ ਹੀ ਚੀਜ਼ ਮੈਨੂੰ ਚਾਹੀਦੀ ਹੈ ਉਹ ਹੈ ਤੇਰੇ ਨਾਮ ਦਾ ਸਿਮਰਨ। ਸੋ ਚੱਲਦੇ ਹਾਂ ਜੀ ਆਪਣੇ ਸ਼ਬਦ ਦੇ ਵੱਲ, ਕੀ ਕਹਿ ਰਹੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਡੇ ਇਸ ਸ਼ਬਦ ਦੇ ਵਿੱਚ, ਕਿਹੜੀ ਚੀਜ਼ ਦੀ ਮੰਗ ਪਰਮਾਤਮਾ ਤੋਂ ਕਰ ਰਹੇ ਹਨ। ਕਹਿੰਦੇ ਅੰਮ੍ਰਿਤਾ ਪ੍ਰੀਏ ਬਚਨ ਤੁਮਹਾਰੇ, ਅੰਮ੍ਰਿਤਾ ਪ੍ਰੀਏ ਬਚਨ ਤੁਹਾਰੇ, ਅੰਮ੍ਰਿਤਾ ਪ੍ਰੀਏ ਬਚਨ ਤੁਹਾਰੇ, ਅਤ ਸੁੰਦਰ ਮਨਮੋਹਨ ਪਿਆਰੇ, ਬਹੁਤ ਸੋਹਣਾ ਸ਼ਬਦ ਅਤ ਸੁੰਦਰ ਮਨਮੋਹਨ ਅਤ ਸੁੰਦਰ
मनमोहन प्यारे अत सुंदर मनमोहन प्यारे सब हूँ मद निरारे सब हूँ मद निरारे रहाओ रहाओ द मतलब होता जी पंक्ति जी चौसी रुक दे यार राज न चाहूँ मुक्ति न चाहूँ राज ना चाहूँ राज न चाहूँ मुक्त न चाहूँ ना मुक्त न चाहूँ मन प्रीत चरण कमलारे मन मन प्रीत मन प्रीत चरण चरण कमलारे मन प्रीत चरण कमलारे ब्रह्म महेश स्थित मुन इंद्रा ब्रह्म महेश बारे तुसी जानते ही हो ब्रह्म महेश सिद्ध मुन इंद्रा सिद्ध मुन इंद्रा मोह ठाकुर ठाकुर ही दर्शारे मोह ठाकुर ही दर्शारे दर्शारे दीन दयाले आयो ठाकुर दीन दीन द्वारे दीन द्वारे आयो दीन द्वारे आयो ठाकुर शरण परण शरण शरण पर्यो संत हारे संत हारे कौ नानक प्रभु मिले मनोहर कह नानक प्रभ मिले मनोहर मनोहर मन शीतल मन शीतल बिगसारे मन शीतल बिग सारे सो ए है जी साडा अज दा शब्द श्री गुरु अर्जन देव जी दा लिखिया होया शब्द राज ना चाहूं मुक्ति ना चाहूं मतलब मेनू नाराज दी लोड है ना मेनू मुक्ति दी लोड है मेनू ता सिर्फ ते सिर्फ परमात्मा दे दर्शन दी इच्छा है मैं सिर्फ परमात्मा दा दर्शन चाहुंदा हां उस दे नाम दा सिमरन चाहुंदा हां ता जो उना परमाउस परमात्मा दे नाम दे सिमरन दे नाल मैं इस संसार रूपी भव सागर नूं तरन वाला बन जावा सो श्री गुरु अर्जन देव जी जिहड़ा की कह रहे हैं पहला असी प्रसंग करांगे जी ए काव्य टोटा श्री गुरु अर्जन देव जी दे द्वारा रचित शब्द राज न चाहूं मुक्ति न चाहूं दे विचो लिया गया है जो कि साडी पुस्तक शब्द सवेरा दे विच दर्ज है जिस दे संपादक डॉक्टर हरभजन सिंह होरी जी हन इस काव्य टोटे दे विच इस शब्द दे विच श्री गुरु अर्जन देव जी ने परमात्मा दे दर्शन दी जिहड़ी तांग है इच्छा है वह प्रगट कीती है ते उस परमात्मा दी जिहड़ी सिफत सलाह कीती है सो चलदिया शब्द दे वल कहिंदे राज ना चाहूं मुक्ति ना चाहूं अमृत प्रिय प्रिय बचन तो हारे अत सुंदर मनमोहन प्यारे सब हूं मद निरारे श्री गुरु अर्जन देव जी कह रहे हैं कि परमात्मा दे जिहड़े बोल हन परमात्मा दे बोल अमृत जीवन जिहड़ा देण वाले हन परमात्मा दे बोल अमृत जीवन जिहड़ा देण वाले हन ओ परमात्मा ता सारिआं नालों सुंदर है ते मन नूं मोहण वाला है
परमात्मा जिहड़ा के बहुत ज्यादा सारिया तो ज्यादा सुंदर है, उस दे जिहड़े बचन हन उह अमृत दे बचन हन, अमृत दे बराबर हन। परमात्मा सारिया तो सुंदर है ते मन नू मोहन वाला है। ओ परमात्मा कहिंदी जो सारिया तो सुंदर है, मन नू मोहन वाला है, ओ सबना दे विच वस रहा है, ओ परमात्मा सबना विच है ते सब तो न्यारा ते निर्लेप भी है। निर्लारे कहते ओ परमात्मा सारिया दे विच सब हूँ मद, ओ परमात्मा सारिया दे अंदर वस रहा है, सारिया दे विच ओ परमात्मा वस रहा है ते कहते ओ जड़ा परमात्मा है ओ बहुत ही ज्यादा जड़े न्यारा है ते निर्लेप भी है। इस दुनिया तो न्यारा है ते दुनिया तो निर्लेप भी है। जो परमात्मा सारिया दे अंदर वस रहा है उस परमात्मा दे कोल संसारिक शक्तियां भी कहते उस कोल हन। परमात्मा कोलों किसी भी संसारिक शक्ति की प्राप्ति की जिहड़ी इच्छा है वह नहीं करते। कहते नाराज ना चाहो संसारिक शक्तियां कहते मैनु नहीं चाहिदियां, मैनु राज नहीं चाहिदा। कहते जिहड़े श्री गुरु अर्जन देव जी इत्थे परमात्मा दे कोलों वह परमात्मा जो बहुत ज्यादा सुंदर है, जिस दे बचन अमृत दे बराबर है, जो सारिया दे अंदर वस रहा है, इस बहुत ज्यादा न्यारा है ते पर इस संसार तो निर्लिप भी है। कहते उस परमात्मा तो मैं जड़ा है संसारिक शक्तियां दी कोई मैनू जड़ी भुख नहीं है, मैनू संसारिक शक्तियां दी प्राप्ति दी इच्छा नहीं है। संसारिक शक्तियां दी जड़ी दी प्राप्ति दी इच्छा ना करते हुए कहते मैनू उन ना तो मुक्ति चाहिदी है ते ना ही मैनू संसारिक शक्तियां दी लोड़ है। उन्हां दी इस इच्छा सिर्फ ते सिर्फ परमात्मा दे चरणा दी जिहड़ी नाल प्रीत पौण दी है। मैनू संसारिक शक्तियां नहीं चाहीदियां, मैनू मुक्ति नहीं चाहीदी, मैनू सिर्फ ते सिर्फ परमात्मा दे चरणा दी प्रीत जिहड़ी है उह चाहीदी है। सिर्फ ते सिर्फ परमात्मा दे चरणा दी प्रीत जिहड़ी है उस दी अपने मन विच जिहड़ा उस नूं वसाउण दी जिहड़ी गल है उह कर रहे हन कि परमात्मा दे चरणा नाल जिहड़ी प्रीत है उह मेरे मन दे विच वस जावे, पैदा हो जावे। कहिंदे जिहड़े लोकी हन ब्रह्म महेश सिद्ध मुन इंद्रा, कहिंदे जिहड़े लोक हन, लोक तां ब्रह्मा विष्णु महेश शिव, कहिंदे लोकी तां ब्रह्मा नूं शिव जी नूं ते जिहड़ा होर कई सिद्ध मुनि ऋषि मुनि हन उन्हां नूं जिहड़ा जां इंद्र जिहड़ा देवता है इंद्रा सिद्ध मुन इंद्रा, कहिंदे लोकी तां ब्रह्मा नूं शिव जी नूं जिहड़े होर रिद्धि सिद्धि वाले जिहड़े ऋषि मुनि हन उन्हां नूं इंद्र देवता नूं जिहड़ा है उन्हां दे दर्शनां दी जिहड़ी इच्छा अपने मन विच वसाई बैठे हन। लोक तां कहिंदे ब्रह्मा शिव रिद्धि सिद्धि धारनी जिहड़े कई ऋषि मुनि हन उह इंद्र देवता आदि दे दर्शनां दी इच्छा अपने मन विच बिठाई बैठे हन, इच्छा करदे हन, पर उन्हां दा मन तां परमात्मा दे दर्शनां दी इच्छा नूं ही लोचदा है। पर श्री गुरु अर्जन देव जी दा मन तां सिर्फ ते सिर्फ एक परमात्मा दे दर्शनां दी इच्छा नूं लोच रहा है। कहिंदे दीन द्वारे आयो ठाकुर, दीन गरीब जिहड़ा गरीब निवास, कहिंदे उह तां गरीब उह गरीब तां परमात्मा दे दर उत्ते पहुँच गया है ते हार के संतां दी शरण विच आया है। अपनी गल करदे होए कहिंदे हन कि दीन द्वारे आयो ठाकुर शरण परो संत हारे, कहिंदे मैं तां मेरे वर्गा गरीब तां परमात्मा दे दर उत्ते पहुँच गया है। श्री गुरु अर्जन देव जी आपदी गल करदे हन कि उह गरीब तां परमात्मा दे दर उत्ते पहुँच गया है ते हार के संतां दी शरण दे विच आया है ता कि उस नूं सोझी प्राप्त हो सके, ता कि उस नूं जिहड़ी परमात्मा दी सोझी है उस दी जिहड़ी प्राप्ति है उह हो सके, जिस दे नाल फिर की होवेगा कौन नानक प्रभ
ਮਿਲੇ ਮਨੋਹਰ ਮਨ ਸ਼ੀਤਲ ਬਿਗ ਸਾਰੇ। ਕਹਿੰਦੇ ਹਾਰ ਕੇ ਮੈਂ ਤਾਂ ਸੰਤਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ, ਤਾਂ ਜੋ ਮੈਨੂੰ ਸੰਤਾਂ ਦੀ ਸ਼ਰਨ ਵਿੱਚ ਪਏ ਪੈਣ ਦੇ ਨਾਲ ਪਰਮਾਤਮਾ ਦੀ ਸੋਝੀ ਜਿਹੜੀ ਆ ਉਹ ਪ੍ਰਾਪਤ ਹੋ ਜਾਵੇ ਤੇ ਉਹ ਮਨ ਨੂੰ ਮੋਹਣ ਵਾਲਾ ਜਿਹੜਾ ਪਰਮਾਤਮਾ ਹੈ ਮੈਨੂੰ ਮਿਲ ਜਾਵੇ ਤੇ ਉਸ ਦੇ ਨਾਲ ਪਰਮਾਤਮਾ ਦੇ ਮਿਲਾਪ ਦੇ ਨਾਲ ਜਿਹੜਾ ਮੇਰਾ ਮਨ ਹੈ ਉਹ ਸ਼ਾਂਤ ਹੋ ਜਾਵੇ। ਸੋ ਇਸ ਤਰ੍ਹਾਂ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਪਰਮਾਤਮਾ ਦੇ ਸਿਰਫ ਇੱਕੋ ਇੱਕ ਪਰਮਾਤਮਾ ਦੇ ਮਿਲਾਪ ਦੀ ਇੱਛਾ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ। ਕਹਿੰਦੇ ਮੈਂ ਨਾ ਤਾਂ ਮੈਨੂੰ ਮੁਕਤੀ ਦੀ ਲੋੜ ਹੈ ਨਾ ਹੀ ਮੈਨੂੰ ਜਿਹੜੀਆਂ ਸੰਸਾਰਿਕ ਸ਼ਕਤੀਆਂ ਹਨ ਉਹਨਾਂ ਦੀ ਲੋੜ ਹੈ, ਮੈਨੂੰ ਤਾਂ ਸਿਰਫ ਤੇ ਸਿਰਫ ਇੱਕੋ ਚੀਜ਼ ਦੀ ਲੋੜ ਹੈ, ਉਹ ਹੈ ਕਿ ਮੈਨੂੰ ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਜਿਹੜੀ ਮੇਰੀ ਪ੍ਰੀਤ ਹੈ ਉਹ ਬਣ ਜਾਵੇ ਤੇ ਇਸ ਲਈ ਮੈਂ ਸੰਤ ਜਨਾਂ ਦਾ ਸਹਾਰਾ ਲਿਆ ਹੈ। ਲੋਕ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਮਹੇਸ਼ ਇੰਦਰ ਤੇ ਹੋਰ ਰਿੱਧੀ ਸਿੱਧੀਆਂ ਵਾਲੇ ਜਿਹੜਾ ਰਿਸ਼ੀ ਮੁਨੀ ਹਨ ਉਹਨਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਆਪਣੇ ਮਨ ਵਿੱਚ ਲਈ ਬੈਠੇ ਹਨ, ਪਰ ਮੇਰੀ ਇੱਛਾ ਸਿਰਫ ਤੇ ਸਿਰਫ ਇੱਕ ਪਰਮਾਤਮਾ ਦੀ ਪ੍ਰਾਪਤੀ ਦੀ ਹੈ, ਜਿਸ ਦੇ ਨਾਲ ਜਿਹੜਾ ਮੈਨੂੰ ਕਿ ਮੇਰਾ ਮਨ ਤਨ ਜਿਹੜਾ ਸ਼ਾਂਤ ਹੋ ਜਾਵੇਗਾ। ਸੋ ਇਹ ਸੀ ਜੀ ਸਾਡਾ ਅੱਜ ਦਾ ਸ਼ਬਦ, ਮੁਕਤੀ ਨਾ ਚਾਹੂੰ ਰਾਜ ਨਾ ਚਾਹੂੰ, ਤੇ ਨਾਲ ਹੀ ਨਾਲ ਅਸੀਂ ਪਿਛਲੇ ਸ਼ਬਦਾਂ ਦੇ ਇੱਕ ਤੇ ਇੱਕ ਛੋਟੀ ਜਿਹੀ ਝਾਤ ਜਿਹੜੀ ਉਹ ਵੀ ਮਾਰੀ ਤੇ ਹੁਣ ਅਸੀਂ ਜਿਹੜਾ ਅਗਲਾ ਜਿਹੜਾ ਸ਼ਬਦ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਹ ਤੁਹਾਡੀ ਕੱਲ੍ਹ ਦੀ ਕਲਾਸ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਸੋ ਤਦ ਤੱਕ ਘਰਾਂ ਵਿੱਚ ਰਹੋ, ਸੁਰੱਖਿਅਤ ਰਹੋ, ਪੜ੍ਹਦੇ ਰਹੋ, ਕਲਾਸ ਜ਼ਰੂਰ ਅਟੈਂਡ ਕਰਿਆ ਕਰੋ। ਧੰਨਵਾਦ ਜੀ।